ਤੇਜ਼ ਹਵਾਵਾਂ ਜਿਹੜੀਆਂ ਲਗਾਤਾਰ ਚੱਲ ਰਹੀਆਂ ਨੇ ਅਤੇ ਅੱਗ ਹੈ ਜਿਹੜੀ ਉਹ ਹਵਾਵਾਂ ਦੇ ਕਾਰਨ ਹੋਰ ਫੈਲ ਰਹੀ ਹੈਗੀ। ਤਾਂ ਦੇਖ ਸਕਦੇ ਹੋ ਤਸਵੀਰਾਂ ਟਰਾਈਡੈਂਟ ਫੈਕਟਰੀ ਧੌਲਾ ਦੇ ਜਿਹੜਾ ਲੱਕੜ ਯਾਰਡ ਹੈ ਉਸ ਦੇ ਪਿੱਛੋਂ ਦੀਆਂ ਨੇ, ਜਿੱਥੇ ਲਗਾਤਾਰ ਇਹ ਜਿਹੜੀ ਅੱਗ ਉਹ ਫੈਲ ਰਹੀ ਹੈਗੀ, ਹਵਾਵਾਂ ਲਗਾਤਾਰ ਚੱਲ ਰਹੀਆਂ ਨੇ। ਤਾਂ ਦੇਖ ਸਕਦੇ ਹੋ ਤਸਵੀਰਾਂ ਲਗਾਤਾਰ ਇਹ ਜਿਹੜੀ ਤੇਜ਼ ਹਵਾਵਾਂ ਦੇ ਕਾਰਨ ਜਿਹੜੀ ਅੱਗ ਫੈਲ ਰਹੀ ਹੈ, ਕਿਉਂਕਿ ਇਸ ਪਾਸੇ ਇਹ ਜਿਹੜਾ ਆਪਾਂ ਕਹਿ ਸਕਦੇ ਕਿ ਜੰਗਲਾਤ ਮਹਿਕਮਾ ਸੀ, ਜਿੱਧਰ ਲੱਕੜ ਸੀ ਜਿਹੜੀ ਅਤੇ ਲੱਕੜ ਦਾ ਸਾਰਾ ਸਮਾਨ ਸੀ, ਤੂੜੀ ਸੀ, ਜੋ ਵੀ ਟਰਾਈਡੈਂਟ ਦਾ ਇੱਥੇ ਸਮਾਨ ਹੁੰਦਾ ਸੀ ਉਹ ਸਾਰਾ ਪਿਆ ਹੁੰਦਾ ਅਤੇ ਹਵਾਵਾਂ ਅਤੇ ਤੇਜ਼ ਹਨੇਰੀ ਹੈ ਜਿਹੜੀ ਉਹ ਲਗਾਤਾਰ ਫੈਲ ਰਹੀ ਹੈ। ਅਤੇ ਪੂਰੇ ਪੰਜਾਬ ਦੇ ਵਿੱਚ ਐਮਰਜੈਂਸੀ ਕਾਲ ਦੇ ਦਿੱਤੀ ਗਈ ਹੈ, ਪੰਜਾਬ ਦੇ ਵਿੱਚ ਫਾਇਰ ਬ੍ਰਿਗੇਡ ਦੀ ਐਮਰਜੈਂਸੀ ਕਾਲ ਦੇ ਦਿੱਤੀ ਗਈ ਹੈ। ਸੁਨਾਮ ਤੋਂ ਇਹ ਗੱਡੀ ਸਾਹਮਣੇ ਆਈ ਹੈ ਜਿੱਥੇ ਬਰਨਾਲਾ, ਸੰਗਰੂਰ, ਬਠਿੰਡਾ, ਮਾਨਸਾ, ਫਰੀਦਕੋਟ, ਫਿਰੋਜ਼ਪੁਰ ਜਿੰਨੇ ਵੀ ਲਾਗੇ ਦੇ ਜ਼ਿਲ੍ਹੇ ਨੇ, ਤਮਾਮ ਜ਼ਿਲ੍ਹਿਆਂ ਦੇ ਉੱਤੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਉਹ ਆ ਰਹੀਆਂ ਨੇ। ਟਰਾਈਡੈਂਟ ਫੈਕਟਰੀ ਵੱਲੋਂ ਜਿਹੜੀ ਸੂਝਬੂਝ ਦੀ ਗੱਲ ਹੈ, ਜਿੰਨੇ ਵੀ ਆਪਾਂ ਕਹਿ ਸਕਦੇ ਕਿ ਸਬਰਸੀਬਲ ਸੀਗੇ, ਜਿੰਨੇ ਵੀ ਫਾਇਰ ਦੇ ਯੰਤਰ ਸੀ, ਜਿੰਨਾ ਵੀ ਪਾਣੀ ਦਾ ਨਿਕਾਸ ਸੀ, ਸਾਰਾ ਖੋਲ੍ਹ ਦਿੱਤਾ ਗਿਆ ਗਾ ਅਤੇ ਅੱਗ ਨੂੰ ਜਿਹੜਾ ਹੈਗਾ ਇੱਕ ਘੇਰਾ ਪਾ ਲਿਆ ਗਿਆ ਗਾ ਅਤੇ ਅੱਗ ਨੂੰ ਉਸ ਬਾਉਂਡਰੀ ਤੋਂ ਅੱਗੇ ਫੈਲਣ ਤੋਂ ਰੋਕਿਆ ਜਾ ਰਿਹਾ। ਤਮਾਮ ਮੁਸ਼ਕਤ ਹੈ ਜਿਹੜੀ ਉਹ ਕੀਤੀ ਜਾ ਰਹੀ ਹੈਗੀ। ਪਰਮਾਤਮਾ ਵਾਹਿਗੁਰੂ ਅੱਗੇ ਸਾਰੇ ਤੁਸੀਂ ਅਰਦਾਸ ਕਰੋ, ਜੇਕਰ ਕੋਈ ਕਿਸੇ ਵਾਹਿਗੁਰੂ ਪਰਮਾਤਮਾ ਦਾ ਪਾਠ ਵੀ ਕਰ ਸਕਦਾ ਤਾਂ ਉਹ ਵੀ ਪਾਠ ਕਰੋ, ਕਿਉਂਕਿ ਇਹ ਜਿਹੜਾ ਹਾਦਸਾ ਹੈਗਾ ਇਹ ਬਹੁਤ ਭਿਆਨਕ ਹਾਦਸੇ ਦੇ ਵਿੱਚ ਬਦਲ ਸਕਦਾ। ਤਾਂ ਅੱਗ ਤੁਸੀਂ ਦੇਖ ਸਕਦੇ ਹੋ, ਅੱਗ ਦੀਆਂ ਲਾਟਾਂ ਕਿਵੇਂ ਜਿਹੜੀਆਂ ਉਹ ਅੱਗ ਦੀਆਂ ਲਾਟਾਂ ਨੇ ਜਿਹੜੀਆਂ ਫੈਲ ਰਹੀਆਂ ਹੋਈਆਂ ਨੇ ਅਤੇ ਲਗਾਤਾਰ ਹੈ ਜਿਹੜਾ ਫਾਇਰ ਟੈਂਡਰ ਇਸ ਦੇ ਉੱਤੇ ਕਾਬੂ ਪਾ ਰਹੇ ਨੇ। ਪਰਮਾਤਮਾ ਵਾਹਿਗੁਰੂ ਅੱਗੇ ਸਾਡੀ ਵੀ ਇਹੀ ਅਰਦਾਸ ਹੈਗੀ ਕਿ ਇਹ ਜਿਹੜਾ ਤਾਂਡਵ ਮੌਤ ਦਾ ਨਾ ਬਣਿਆ ਹੋਇਆਗਾ ਇਹ ਵੱਡਾ ਨੁਕਸਾਨ ਹੋਣ ਤੋਂ ਬਚਾ ਹੋ ਜਾਵੇ, ਕਿਉਂਕਿ ਕਹਿ ਸਕਦੇ ਕਿ ਜੰਗਲਾਤ ਏਰੀਏ ਦੇ ਵੱਲ ਕੋਈ ਨੁਕਸਾਨ ਹੋ ਜਾਵੇਗਾ ਕਿਸੇ ਨੂੰ ਕੋਈ ਫਰਕ ਨਹੀਂ ਪਵੇਗਾ ਅਤੇ ਇਹ ਨੁਕਸਾਨ ਹੈ ਜਿਹੜਾ ਅੱਗੇ ਨਹੀਂ ਵਧਣਾ ਚਾਹੀਦਾ। ਵਾਹਿਗੁਰੂ ਪਰਮਾਤਮਾ ਦੀ ਕਰੋਪੀ ਦੇਖੋ, ਜਿਹੜੀ ਹਵਾਵਾਂ ਨੇ ਉਹ ਰੁਕਣ ਦਾ ਨਾਮ ਤੱਕ ਨਹੀਂ ਲੈ ਰਹੀਆਂ ਅਤੇ ਜਿਹੜੀਆਂ ਤੇਜ਼ ਹਵਾਵਾਂ ਲਗਾਤਾਰ ਇਹ ਵੱਧ ਰਹੀਆਂ ਨੇ, ਪੂਰਾ ਸਮਾਨ ਹੈ ਜਿਹੜਾ ਉਹ ਲਾਲ ਸੁਰਖ ਹੋ ਚੁੱਕਿਆ ਗਾ ਅਤੇ ਲਗਾਤਾਰ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਭਰ ਭਰ ਕੇ ਵਾਪਸ ਆ ਰਹੀਆਂ ਨੇ। ਫਾਇਰ ਫਾਈਟਰਾਂ ਦੇ ਵੱਲੋਂ ਫਾਇਰ ਬ੍ਰਿਗੇਡ ਦੇ ਜਿਹੜੇ ਮੁੰਡੇ, ਕੁੜੀਆਂ, ਨੌਜਵਾਨ, ਪੁਲਿਸ ਮੁਲਾਜ਼ਮ, ਟਰਾਈਡੈਂਟ ਐਡਮਿਨਿਸਟ੍ਰੇਸ਼ਨ ਸਾਰਿਆਂ ਦੇ ਵੱਲੋਂ ਹੈ ਜਿਹੜੀ ਮੁਸ਼ਕਤ ਕੀਤੀ ਜਾ ਰਹੀ ਹੈ। ਪਰ ਪਰਮਾਤਮਾ ਵਾਹਿਗੁਰੂ ਅੱਗੇ ਅਰਦਾਸ ਦੇ ਨਾਲ ਹੀ ਹੈ ਜਿਹੜਾ ਇਹ ਟੰਡਬ ਕੰਟਰੋਲ ਹੋ ਸਕਦਾ। ਅਸੀਂ ਇਸ ਖਬਰ ਨੂੰ ਹੈ ਜਿਹੜਾ ਖਬਰ ਦੇ ਰੂਪ 'ਚ ਨਹੀਂ ਦਿਖਾ ਰਹੇ, ਇਹ ਪਰਮਾਤਮਾ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ, ਕਿਉਂਕਿ ਕੁਦਰਤ ਦੀ ਕਰੋਪੀ ਕਹੋ ਇਹਨੂੰ, ਇਹ ਕੋਈ ਘਟਨਾ ਨਹੀਂ ਕਹਿ ਸਕਦੇ, ਇਹ ਕੁਦਰਤ ਦੀ ਇੱਕ ਕਰੋਪੀ ਹੀ ਹੈ, ਇਹ ਕੁਦਰਤ ਦੀ ਕਰੋਪੀ ਹੈ ਜਿਹੜਾ ਲਗਾਤਾਰ ਅੱਗ ਹੈ ਜਿਹੜੀ ਉਹ ਫੈਲ ਰਹੀ ਹੈਗੀ ਅਤੇ ਤੇਜ਼ ਹਵਾਵਾਂ ਨੇ ਜਿਹੜੀਆਂ ਉਹ ਲਗਾਤਾਰ ਚੱਲ ਰਹੀਆਂ ਨੇ। ਅਤੇ ਇੱਧਰਲੇ ਪਾਸੇ ਪਹਿਲਾਂ ਤੁਹਾਨੂੰ ਦੱਸ ਦਈਏ, ਤੁਹਾਨੂੰ ਸਭ ਨੂੰ ਦੱਸ ਦਈਏ ਕਿ ਅੱਗ ਲੱਗੀ ਕਿੱਥੇ ਹੈ। ਤਾਂ ਲੋਕਾਂ ਨੂੰ ਬੇਨਤੀ ਹੈ, ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ, ਮੈਂ ਇੱਕ ਪੱਤਰਕਾਰਤਾ ਦੇ ਉੱਪਰ ਉੱਠ ਕੇ ਗੱਲ ਕਰ ਰਿਹਾਗਾ, ਹਰ ਸਮੇਂ ਪੱਤਰਕਾਰਤਾ ਨਹੀਂ ਹੋ ਸਕਦੀ। ਤਾਂ ਲੋਕੋ ਤੁਹਾਨੂੰ ਵੀ ਸੂਝਬੂਝ ਹੈ ਜਿਹੜੀ ਆਪਣੀ ਅਪਣਾਉਣੀ ਚਾਹੀਦੀ ਹੈ। ਟਰਾਈਡੈਂਟ ਫੈਕਟਰੀ ਜਿਹੜੀ ਧੌਲਾ ਹੈ, ਟਰਾਈਡੈਂਟ ਫੈਕਟਰੀ ਧੌਲਾ ਤੋਂ 1 ਕਿਲੋਮੀਟਰ ਅੱਗੇ ਇਹ ਏਰੀਆ ਹੈਗਾ ਜਿੱਥੇ ਜੰਗਲਾਤ ਏਰੀਆ ਬਣਾਇਆ ਗਿਆ ਹੁੰਦਾ, ਜਿੱਥੇ ਕੈਮੀਕਲ ਵਾਲਾ ਪਾਣੀ ਹੈ ਜਿਹੜਾ ਛੱਡਿਆ ਜਾਂਦਾ, ਉਹ 1 ਕਿਲੋਮੀਟਰ ਅੱਗੇ ਏਰੀਆ ਆ, ਇਹਨੂੰ ਆਪਾਂ ਫਾਲਤੂ ਏਰੀਆ ਕਹਿ ਸਕਦੇ ਹਾਂ। ਇੱਧਰ ਕੋਈ ਪਲਾਂਟ ਨਹੀਂ ਹੈਗਾ, ਕੋਈ ਮਸ਼ੀਨ ਨਹੀਂ, ਕੋਈ ਲੇਬਰ ਨਹੀਂ ਕੰਮ ਕਰਦੀ। ਇਸ ਕਰਕੇ ਬੇਨਤੀ ਹੈ ਲੋਕਾਂ ਨੂੰ ਕਿ ਅਫਵਾਹਾਂ ਨਾ ਫੈਲਾਓ, ਕਿਸੇ ਪ੍ਰਕਾਰ ਦੀ ਅਫਵਾਹ ਨਾ ਫੈਲਾਓ, ਲੋਕਾਂ ਦੇ ਵਿੱਚ ਤੜਥੱਲੀ ਨਾ ਮਚਾਓ। ਇਹ ਇੱਕ ਫਾਲਤੂ ਏਰੀਆ ਜਿਹੜਾ 1 ਕਿਲੋਮੀਟਰ ਅੱਗੇ ਟਰਾਈਡੈਂਟ ਤੋਂ ਬਣਿਆ ਹੋਇਆ, ਇੱਥੇ ਲੱਕੜ ਇਹ ਜਿਹੜੀ ਉਹ ਪਈ ਹੁੰਦੀ ਹੈ, ਤੂੜੀ ਹੈ ਜਿਹੜੀ ਉਹ ਲਿਆਂਦੀ ਜਾਂਦੀ ਹੈ ਜਿੱਥੋਂ ਉਹ ਕੰਮ ਲਿਆ ਜਾਂਦਾ। ਪਰਮਾਤਮਾ ਦੀ ਵਾਹਿਗੁਰੂ ਦੀ ਅਰਦਾਸ ਹੈ ਜਿਹੜੀ ਉਹ ਸਾਰੇ ਕਰੋ, ਪਰ ਅਫਵਾਹ ਮਾਵਾਂ ਨਾ ਫੈਲਾਓ। ਅਸੀਂ ਵੀ ਪੱਤਰਕਾਰ ਤੋਂ ਉੱਪਰ ਉੱਠ ਕੇ ਗੱਲ ਕਰ ਰਹੇ ਹਾਂ, ਇੱਕ ਨਾਗਰਿਕ ਤੌਰ 'ਤੇ ਗੱਲ ਕਰ ਰਹੇ ਹਾਂ। ਤੁਹਾਨੂੰ ਵੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਅਫਵਾਹ ਨਾ ਫੈਲਾਓ। ਅਫਵਾਹਾਂ ਫੈਲਾਈਆਂ ਜਾ ਰਹੀਆਂ ਕਿ ਕੈਮੀਕਲ ਫੈਕਟਰੀ ਵੱਲ ਅੱਗ ਵੱਧ ਜਾਵੇਗੀ, ਅਫਵਾਹਾਂ ਫੈਲਾਈਆਂ ਜਾ ਰਹੀਆਂ ਕਿ ਅੱਗ ਹੈ ਜਿਹੜੀ ਛੰਨਾ ਪਿੰਡ ਵੱਲ ਵੱਧ ਰਹੀ ਹੈ, ਪਿੰਡ ਖਾਲੀ ਕਰਵਾਈ ਜਾ ਰਹੇ ਨੇ। ਕੀ ਤੁਹਾਡੀ ਸੂਝਬੂਝ ਹੈਗੀ? ਇੱਕ ਪਾਸੇ ਟਾਂਡਵ ਮੱਚ ਰਿਹਾ ਕੁਦਰਤ ਦਾ, ਕੁਦਰਤ ਅੱਗੇ ਤੁਹਾਡਾ ਇਹ ਅਫਵਾਹਾਂ ਨੇ ਜਿਹੜੀਆਂ
ਉਹ ਲੋਕਾਂ 'ਚ ਤਰਥੱਲੀ ਅਤੇ ਡਰ ਤੋਂ ਬਿਨਾਂ ਹੋਰ ਕੁਛ ਨਹੀਂ ਕਰ ਸਕਦੀਆਂ। ਪਰ ਸਿਆਣੇ ਬਣੋ, ਹਰ ਸਮੇਂ ਅਫਵਾਹਾਂ ਨਹੀਂ ਹੁੰਦੀਆਂ, ਹਰ ਸਮੇਂ ਪੱਤਰਕਾਰਤਾ ਨਹੀਂ ਹੁੰਦੀ, ਹਰ ਸਮੇਂ TRP ਨਹੀਂ ਖੱਟੀ ਦੀ ਹੁੰਦੀ। ਇੱਕ ਪਾਸੇ ਮੋਤਰਾ ਟੰਡ ਹੈ ਜਿਹੜਾ ਬਣਿਆ ਹੋਇਆ, ਤਮਾਮ ਐਡਮਿਨਿਸਟ੍ਰੇਸ਼ਨ, ਪੂਰੇ ਪੰਜਾਬ ਦਾ ਸਰਕਾਰ ਹੈ ਜਿਹੜੀ, ਪੰਜਾਬ ਦਾ ਫਾਇਰ ਬ੍ਰਿਗੇਡ ਦਾ ਜਿਹੜਾ ਭਾਗ ਆ ਉਹ ਲੱਗਿਆ ਹੋਇਆ। ਅਤੇ ਤੁਸੀਂ ਪਰਮਾਤਮਾ ਵਾਹਿਗੁਰੂ ਕੇ ਅਰਦਾਸ ਕਰੋ ਕਿ ਜਿਹੜਾ ਇਹ ਮੰਜਰ ਬਣਿਆ ਹੋਇਆ, ਤੇਜ਼ ਹਵਾਵਾਂ ਤੂਫਾਨ ਨੁਮਾ ਆਉਂਦੀ ਹੈ ਜਿਹੜੀ ਚੱਲ ਰਹੀ ਹੈ, ਉਸ ਤੋਂ ਬਚਾਅ ਹੋ ਸਕੇ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਲਾਈਵ ਕਰਨ ਦਾ ਮਕਸਦ ਇਹ ਨਹੀਂ ਹੈਗਾ ਕਿ ਤੁਹਾਨੂੰ ਅਸੀਂ ਕੋਈ ਖਬਰ ਦਿਖਾ ਰਹੇ ਹਾਂ ਜਾਂ ਕੋਈ TRP ਖੱਟਣੀ ਹੈ। ਇਹ ਤੁਹਾਨੂੰ ਤਾਂ ਦਿਖਾ ਰਹੇ ਹਾਂ ਤੁਹਾਡੀਆਂ ਅੱਖਾਂ ਖੁੱਲ੍ਹ ਸਕਣ, ਅਸੀਂ ਉਸ ਅੱਗ ਦੇ ਕੋਲ, ਅਸੀਂ ਉਹ ਅੱਗ ਦੇ ਵਿੱਚ ਖੜ੍ਹੇ ਹਾਂ। ਤਾਂ ਜੇ ਇੱਥੇ ਆ ਕੇ ਦੇਖੋਗੇ ਤਾਂ ਤੁਹਾਡੇ ਦਿਲ ਨਾ ਕੰਬੇ ਨਾ, ਜੇ ਤੁਹਾਡਾ ਵੀ ਇੱਥੇ ਆ ਕੇ ਰੋਣਾ ਨਾ ਨਿਕਲਿਆ ਤਾਂ ਤੁਸੀਂ ਯਾਦ ਰੱਖੋਗੇ ਅਫਵਾਹਾਂ ਫੈਲਾ ਰਹੇ ਹੋ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਕਿ ਅੱਗ ਛੰਨਾ ਪਿੰਡ ਵੱਲ ਵੱਧ ਰਹੀ, ਅੱਗ ਫਤਿਹਗੜ੍ਹ ਪਿੰਡ ਵੱਲ ਵੱਧ ਰਹੀ, ਅੱਗ ਕੈਮੀਕਲ ਫੈਕਟਰੀ ਵੱਲ ਵੱਧ ਰਹੀ ਹੈ, ਅੱਗ ਹੈ ਕੋਈ ਪਾਣੀ ਥੋੜ੍ਹੀ ਹੈ। ਟ੍ਰਾਈਡੈਂਟ ਫੈਕਟਰੀ ਦੇ ਜਿੰਨੇ ਯੰਤਰ ਸੀ ਉਹ ਸਾਰੇ ਕੰਮ ਕਰ ਰਹੇ ਨੇ, ਫਾਇਰ ਬ੍ਰਿਗੇਡ ਨੇ ਟੀਮਾਂ ਕੰਮ ਕਰ ਰਹੀਆਂ, ਤਾਂ ਦੇਖ ਸਕਦੇ ਹੋ ਇੱਥੇ 25-25, 30-30, 40-40 ਗੱਡੀਆਂ ਜਿਹੜੀਆਂ ਉਹ ਪੂਰੇ ਪੰਜਾਬ ਦੇ ਉੱਤੋਂ ਭਰ ਭਰ ਕੇ ਆ ਰਹੀਆਂ। ਲਗਾਤਾਰ ਜਿਹੜੀ ਟੀਮ ਆ ਉਹ ਕੰਮ ਕਰ ਰਹੀ ਹੈ। ਅੱਗ ਹੈ, ਕੁਦਰਤ ਦਾ ਕੋਈ ਵੀ ਕਾਬੂ ਨਹੀਂ ਪਾ ਸਕਦਾ, ਨਾ ਕੁਦਰਤ ਦਾ ਕੋਈ ਭੇਤ ਪਾ ਸਕਦਾ। ਤਸਵੀਰਾਂ ਦੇਖ ਸਕਦੇ ਹੋਗੇ ਜਿਹੜਾ ਇਹ ਟ੍ਰਾਈਡੈਂਟ ਫੈਕਟਰੀ ਧੌਲਾ, ਦੁਬਾਰੇ ਅਸੀਂ ਤੁਹਾਨੂੰ ਧਿਆਨ ਕਰਵਾ ਦਈਏ, ਦੁਬਾਰੇ ਧਿਆਨ ਕਰਵਾ ਦਿੰਦੇ ਹਾਂ, ਇਹ ਉਹ ਏਰੀਆ ਜਿਹੜਾ ਟ੍ਰਾਈਡੈਂਟ ਫੈਕਟਰੀ ਧੌਲਾ ਤੋਂ, ਫੈਕਟਰੀ ਦੇ ਧੌਲਾ ਤੋਂ 1 ਕਿਲੋਮੀਟਰ ਅੱਗੇ ਆ। ਜੇ ਨਹੀਂ ਯਕੀਨ ਹੁੰਦਾ ਸੜਕ ਦੇਖ ਸਕਦੇ ਹੋ, ਇਹ ਕੱਚਾ ਏਰੀਆ। ਇੱਥੇ ਆ ਕੇ ਕਹਿ ਸਕਦੇ ਕਿ ਜਿਹੜਾ ਟ੍ਰਾਈਡੈਂਟ ਦਾ ਜੁੰਟ ਹੈ ਉਹ ਖਤਮ ਹੋ ਜਾਂਦਾ। ਜੁੰਟ ਖਤਮ ਹੋਣ ਤੋਂ ਬਾਅਦ ਇੱਕ ਏਰੀਆ ਸ਼ੁਰੂ ਹੁੰਦਾ ਜਿੱਥੇ ਟ੍ਰਾਈਡੈਂਟ ਵੱਲੋਂ ਆਪਣੇ ਬੂਟੇ ਲਗਾਏ ਜਾਂਦੇ ਨੇ, ਜਿੱਥੇ ਬੂਟੇ ਲਗਾਏ ਜਾਂਦੇ ਨੇ, ਅਤੇ ਕੈਮੀਕਲ ਜਿਹੜਾ ਛੱਡਿਆ ਜਾਂਦਾ ਤਾਂ ਕਿ ਧਰਤੀ ਦਾ ਪਾਣੀ ਗੰਦਲਾ ਨਾ ਹੋਵੇ, ਕਿਉਂਕਿ ਜਿਹੜੇ ਪੇੜ ਪੌਦੇ ਰਸਤ ਹੁੰਦੇ ਨੇ ਉਹ ਸੋਕ ਲੈਂਦੇ ਹੁੰਦੇ ਨੇਗੇ। ਇਸ ਕਰਕੇ ਜਿਹੜਾ ਇਹ ਏਰੀਆ ਬਣਿਆ ਹੋਇਆ ਗਾ, ਇੱਥੇ ਇਹ ਜਿਹੜੀ ਅੱਗ ਕਿਵੇਂ ਲੱਗੀ, ਕਿਉਂ ਲੱਗੀ, ਚਾਹੇ ਇਹਨੂੰ ਸ਼ੋਰਟ ਸਰਕਟ ਕਹਿ ਲਓ, ਤਾਰ ਦਾ ਪੜਾਕਾ ਕਹਿ ਲਓ, ਚੰਗਿਆਰੀ ਕਹਿ ਲਓ, ਹੁਣ ਤਾਂ 100 ਬਹਾਨਾ ਬਣ ਸਕਦਾ, ਪਰ ਕੁਦਰਤ ਦਾ ਭੇਤ ਨਾ ਤਾਂ ਕੋਈ ਪਾ ਸਕਿਆ ਅਤੇ ਨਾ ਉਹ ਜਿਹੀ ਕੋਈ ਪਾਵੇ। ਤਾਂ ਦੇਖ ਸਕਦੇ ਹੋ ਮੰਜਰ, ਜਿੰਨੇ ਵੀ ਇੱਥੇ ਦਰਖਤ ਸੀਗੇ ਉਹ ਸਾਰੇ ਸੜ ਕੇ ਸਵਾਹ ਹੋ ਚੁੱਕੇ ਨੇ, ਪਰ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਹੈ ਕਿ ਕੋਈ ਵੀ ਜਾਨਲੇਵਾ ਨੁਕਸਾਨ ਨਹੀਂ ਹੋਇਆ। ਕਿਉਂਕਿ ਇਹ ਉਹ ਏਰੀਆ ਜਿੱਥੇ ਟ੍ਰਾਈਡੈਂਟ ਦੇ ਵੱਲੋਂ ਆਪਾਂ ਕਹਿ ਸਕਦੇ ਕਿ 10 ਏਕੜ ਜਾਂ 20 ਏਕੜ ਦੇ ਪਿੱਛੇ ਇੱਕ ਏਰੀਆ ਖਾਲੀ ਛੱਡਿਆ ਜਾਂਦਾ ਹੈ ਜਿੱਥੇ ਦਰਖਤ ਲਗਾਏ ਜਾਂਦੇ ਨੇ, ਕਿਉਂਕਿ ਹਰੇਕ ਫੈਕਟਰੀ ਨੂੰ ਗ੍ਰੀਨ ਜ਼ੋਨ ਬਣਾਉਣਾ ਜ਼ਰੂਰੀ ਹੁੰਦਾ। ਅਤੇ ਜਦੋਂ ਗ੍ਰੀਨ ਜ਼ੋਨ ਬਣਾਇਆ ਜਾਂਦਾ ਉਸ ਦੇ ਵਿੱਚ ਜਿਹੜੇ ਦਰੱਖਤ ਵੱਡੇ ਹੋ ਜਾਂਦੇ ਨੇ ਉਹਨਾਂ ਦੇ ਦਰੱਖਤ ਨੇ ਜਿਹੜੇ ਉਹ ਵੱਢ ਕੇ ਲੱਕੜ ਹੈ ਜਿਹੜੀ ਰੱਖੀ ਜਾਂਦੀ ਹੈ ਉਹਦਾ ਇੱਕ ਸਟੋਰ ਬਣਿਆ ਹੁੰਦਾ ਇੱਥੇ। ਅਤੇ ਇੱਥੇ ਹੀ ਹੈ ਜਦੋਂ ਆਪਾਂ ਟਰਾਲੀਆਂ ਹੁੰਦੀਆਂ ਤੂੜੀ ਦੀਆਂ, ਉਹ ਟਰਾਲੀਆਂ ਵੀ ਇੱਥੇ ਆ ਕੇ ਰੁਕਦੀਆਂ ਨੇ। ਅੱਗ ਕਿਵੇਂ ਲੱਗੀ ਅਸੀਂ ਇਹ ਨਹੀਂ ਦੱਸ ਸਕਦੇ, ਕਿਉਂਕਿ ਇਹ ਤਾਂ ਕੁਦਰਤ ਤੋਂ ਹੀ ਪੁੱਛ ਸਕਦੇ ਹੋ, ਪਰ ਉਸ ਤੋਂ ਬਾਅਦ ਇਹ ਅੱਗ ਹੈ ਜਿਹੜੀ ਉਹ ਲੱਗੀ, ਅੱਗ ਲੱਗੀ ਤਾਂ ਉਹ ਅੱਗ ਤੂੜੀ ਨੂੰ ਫੈਲੀ, ਤੂੜੀ ਤੋਂ ਬਾਅਦ ਇਹ ਲੱਕੜ ਵਾਲੇ ਪਾਸੇ ਆ ਗਈ, ਅਤੇ ਹਵਾਵਾਂ ਸੀ ਜਿਹੜੀਆਂ ਉਹ ਪਹਿਲਾਂ ਜਿੱਧਰ ਸੂਰਜ ਚੜ੍ਹਦਾ ਉੱਧਰਲੇ ਪਾਸੇ ਸੀ, ਪਰ ਹੁਣ ਅੱਧੇ ਘੰਟੇ ਪਹਿਲਾਂ ਅਫਵਾਹਾਂ ਜਿਹੜੀਆਂ ਹਵਾਵਾਂ ਦਾ ਰੁੱਖ ਹੈ ਉਹ ਸੂਰਜ ਛਿਪਣ ਵੱਲ ਹੋ ਗਿਆ, ਅਤੇ ਜਿਹੜੀ ਰੁਕ ਗਈ ਸੀ ਅੱਗ ਕਾਬੂ ਪਾ ਲਿਆ ਗਿਆ ਸੀਗਾ, ਪਰ ਹਵਾਵਾਂ ਦਾ ਰੁੱਖ ਬਦਲਣ ਕਰਕੇ ਜਿੱਧਰਲੇ ਪਾਸੇ ਕਾਬੂ ਪਾਇਆ ਸੀ ਅੱਗ ਦੂਸਰੇ ਪਾਸੇ ਲੱਗ ਗਈ। ਪਰ ਟ੍ਰਾਈਡੈਂਟ ਦੀ ਸੂਝਬੂਝ ਹੈ ਜਿਹੜੀ, ਪ੍ਰਸ਼ਾਸਨ ਦੀ ਸੂਝਬੂਝ, ਸਰਕਾਰ ਦੀ ਸੂਝਬੂਝ, ਦੇਖੋ ਕਿ ਟ੍ਰਾਈਡੈਂਟ ਦੇ ਵੱਲੋਂ ਜਿੱਧਰਲੇ ਪਾਸੇ ਅੱਗ ਲੱਗੀ ਹੈ ਉਸ ਤੋਂ ਜਿਹੜਾ ਦੂਸਰਾ ਏਰੀਆ ਉਸ ਪਾਸੇ ਆਪਾਂ ਕਹਿ ਸਕਦੇ ਕਿ 5-5, 10-10 ਫੁੱਟ ਪਾਣੀ ਹੈ ਜਿਹੜਾ ਉਹ ਬਾਉਂਡਰੀ ਦੇ ਉੱਪਰ ਆਸੇ ਪਾਸੇ ਉਹ ਲਗਾ ਦਿੱਤਾ ਗਿਆ, ਅਤੇ ਟਰੈਕਟਰਾਂ ਦੇ ਨਾਲ ਕੜਾਹ ਕਰ ਦਿੱਤਾ ਗਿਆ ਤਾਂ ਕਿ ਜੇਕਰ ਅੱਗ ਇੱਧਰ ਨੂੰ ਵੱਧਦੀ ਹੈ ਤਾਂ ਇੱਧਰਲੇ ਪਾਸੇ ਕੋਈ ਨੁਕਸਾਨ ਨਾ ਹੋਵੇ, ਕਿਉਂਕਿ ਤੇਜ਼ ਹਵਾਵਾਂ ਜਿਹੜੇ ਹਨੇਰੀ ਹਨੇਰੀ ਦੇ ਵਾਂਗ ਤੂਫਾਨ ਵਾਂਗ ਉਹ ਚੱਲ ਰਹੀਆਂ ਨੇ, ਉਸ ਕਾਰਨ ਹੀ ਹੈ ਜਿਹੜੀ ਇਹ ਅੱਗ ਵੱਧ ਰਹੀ ਹੈ। ਤੁਹਾਨੂੰ ਸਭ ਨੂੰ ਅਪੀਲ ਹੈ ਅਫਵਾਹਾਂ ਨਾ ਫੈਲਾਓ, ਆਪਣੀ ਸਮਝਦਾਰੀ ਵਰਤੋ, ਅਫਵਾਹਾਂ ਨਾਲ ਕੁਛ ਨਹੀਂ ਹੁੰਦਾ। TRP ਬੇਸ਼ੱਕ ਤੁਸੀਂ ਖੱਟ ਲਓਗੇ, ਪਰ ਇੱਕ ਕਰੋਪੀ ਹੈ ਜਿਹੜੀ ਕੁਦਰਤ ਦੀ ਉਸ ਦੇ ਵਿੱਚ ਸਾਥ ਦਿਆ ਕਰੋ ਹਰ ਸਮੇਂ। ਹੈ ਜਿਹੜਾ ਇਹ ਉਹ ਕਹਾਵਤ ਹੈ ਨਾ ਜਿਹੜੀ, ਬਸ ਤੁਸੀਂ ਸਮਝ ਹੀ ਗਏ ਹੋਵੋਗੇ ਮੈਂ ਕੀ ਕਹਿਣਾ ਚਾਹੁੰਦਾ, ਉਹ ਮੇਰੇ ਮੂੰਹ 'ਚੋਂ ਨਾ ਕਹਾਓ। ਤਾਂ ਇਹ ਟੰਡਵ ਹੈ ਜਿਹੜਾ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇੱਥੇ ਕੀ ਬਣਿਆ ਹੋਇਆ। ਠੀਕ ਹੈ, ਅੱਗ ਲੱਗੀ ਹੋਈ ਆ, ਭਿਆਨਕ ਹੈ ਅੱਗ, ਕਿਉਂਕਿ ਲੱਕੜ ਹੈ, ਲੱਕੜ ਦੇ ਕੋਲੇ ਬਣ ਜਾਂਦੇ, ਉਹਦੇ ਕਰਕੇ ਅੱਗ ਆਏ। ਠੰਡੀ ਹੋਣ ਤੋਂ ਥੋੜ੍ਹਾ ਟਾਈਮ ਲੱਗ ਰਿਹਾ ਹੈਗਾ, ਕਿਉਂਕਿ ਅੱਗ ਦੇ ਜਿਹੜੇ ਲੱਕੜ ਦੇ ਵੱਡੇ ਵੱਡੇ ਦਰੱਖਤ ਸੀ ਉਹ ਅੱਗ
ਲੱਗਣ ਤੋਂ ਬਾਅਦ ਕੋਲੇ 'ਚ ਬਣ ਚੁੱਕੇ ਅਤੇ ਉਹ ਫਿਰ ਭੱਖਦੀ ਹੈ ਅਤੇ ਭੱਖਦੀ ਹੋਈ ਚੰਗਿਆੜੀਆਂ ਦੇ ਨਾਲ ਹੋਰ ਜਿਹੜੇ ਆਸੇ ਪਾਸੇ ਦਰੱਖਤ ਪਏ ਨੇ ਉਹਨਾਂ ਨੂੰ ਅੱਗ ਹੈ ਜਿਹੜੀ ਵੱਧ ਰਹੀ ਹੈਗੀ। ਤਾਂ ਪਰ ਤੁਸੀਂ ਘਬਰਾਓ ਨਾ, ਫਾਇਰ ਫਾਈਟਰਾਂ ਦੀ ਟੀਮਾਂ, NDRF ਦੀਆਂ ਟੀਮਾਂ, ਫਾਇਰ ਫਾਈਟਰ, ਫਾਇਰ ਬ੍ਰਿਗੇਡ ਇੱਥੇ ਪਹੁੰਚ ਚੁੱਕੇ ਨੇ। ਟ੍ਰਾਈਡੈਂਟ ਦੇ ਜਿਹੜੇ ਸੰਚਾਲਕ ਨੇ ਪਦਮ ਸ਼੍ਰੀ ਰਜਿੰਦਰ ਗੁਪਤਾ ਜੀ ਵੱਲੋਂ ਵੀ ਇੱਥੇ ਐਡਮਿਨਿਸਟ੍ਰੇਸ਼ਨ ਦੀ ਵੀ ਡਿਊਟੀ ਲਗਾਈ ਹੈ, ਖੁਦ ਵੀ ਇੱਥੇ ਜਿਹੜਾ ਹੈਗਾ ਵਿਜ਼ਿਟ ਕਰਕੇ ਗਏ ਨੇ। ਸਾਰਿਆਂ ਨੂੰ ਇਹੀ ਭਰੋਸਾ ਦਵਾਇਆ ਕਿ ਤੁਸੀਂ ਘਬਰਾਉਣਾ ਨਹੀਂ, ਅੱਗ ਦੇ ਉੱਪਰ ਸੂਝਬੂਝ ਨਾਲ ਕਾਬੂ ਪਾਓ ਅਤੇ ਅਫਵਾਹਾਂ ਤੋਂ ਵਾਰ ਵਾਰ ਅਸੀਂ ਅਪੀਲ ਕਰ ਰਹੇ ਹਾਂ, ਅਫਵਾਹਾਂ ਤੋਂ ਆਪਣਾ ਬਚਾਅ ਕਰੋ, ਅਫਵਾਹਾਂ ਨਾ ਫੈਲਾਓ। ਅਤੇ ਜੇਕਰ ਅੱਗੇ ਵੀ ਕੋਈ ਵੀਡੀਓ ਆ ਰਹੀ ਹੈ ਤਾਂ ਉਸਨੂੰ ਅੱਗੇ ਸ਼ੇਅਰ ਨਾ ਕਰੋ, ਠੀਕ ਹੈ। ਕੁਦਰਤ ਦੀ ਕਰੋਪੀ, ਇਸ 'ਤੇ ਕਾਬੂ ਪਾ ਲਿਆ ਜਾਵੇਗਾ, ਕੋਈ ਵੱਡੀ ਗੱਲ ਨਹੀਂ ਹੈਗੀ। ਪੂਰੇ ਪੰਜਾਬ ਭਰ ਦੇ ਵਿੱਚੋਂ ਜਿੰਨੇ ਵੀ ਜ਼ਿਲ੍ਹੇ ਨੇ ਉੱਥੋਂ ਵੱਖ ਵੱਖ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਉਹ ਆ ਰਹੀਆਂ ਨੇ, ਅਤੇ ਲਗਾਤਾਰ ਜਿਹੜੇ ਟ੍ਰਾਈਡੈਂਟ ਦੇ ਆਪਣੇ ਵੀ ਯੰਤਰ ਨੇ ਉਹ ਇਸਤੇਮਾਲ ਕੀਤੇ ਜਾ ਰਹੇ ਨੇ। ਧੰਨਵਾਦ ਜੀ, ਇੰਨਾ ਹੀ ਕਹਿੰਦਾ ਹੋਇਆ ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ। ਜੈ ਸ਼੍ਰੀ ਰਾਮ, ਵਾਹਿਗੁਰੂ, ਸਤਿਨਾਮ ਸ਼੍ਰੀ ਵਾਹਿਗੁਰੂ।